साढ़े चार मिलियन किदां हो गए भी उन्हू चाहते है लोग सुनते है कहते जी गाने दे विचों दा कोई मैसेज नहीं मिलता। मैं एक दो टीवी चैनलों के उत्ते गुड्डी जी भरा बैठे ने उन्होंने उसके बारे टीका टिप्पणी की गाने के बारे में पर असी तो शुभदीप के ज्योंदियां तो ये गल कहते रहे हैं भी साडे गाने साडे वर्गियां लई है ते जिहड़ा ज्यादा सियाणा वर्ग है वह साडे गाने तो दूर रहा करो ते एवें बिना लोड़ तो साडी निजी काम है जिहड़ा म्यूजिक का काम है वह साडे बेटे का आपका कैरियर है वह गाऊंगा किसी नूं की लोड़ पै जांदी है उहदे उत्ते प्रतिक्रिया देण दी जे कोई एड्डी उहदे च मैं माड़ी गल भी किस गाने दे विच की है। गाना एक मनोरंजन हुंदा है और बखूबी मनोरंजन पब्लिक का कर रहा है और लोग सुन रहे हैं फिर भी उहदे विच उहदे उत्ते अपना ज्ञान घोटी जांदे ने गल तों तो सानूं बिल्कुल भी गल चंगी नहीं लगी और सानूं साडे गीतां ते हमेशा ही मान रहा है ते जो उहदा बाकी बचा हुआ मैटर है वह भी इसे तरह ही लोगों का खूब मनोरंजन करेगा ते गाने सारे चढ़दी कला च रहणगे ते मैं सारे चाहुण वालियां दा ਜਦੋਂ ਪਰਿਵਾਰ ਦੀ ਤਰਫੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੰਨਾ ਸਾਥ ਦਿੱਤਾ। ਸਿੱਧੂ ਦੇ ਚਾਹਣ ਵਾਲਿਆਂ ਨੂੰ ਕੀ ਕਹੋਗੇ ਵੀ ਕਦੋਂ ਇਹਦਾ ਅਗਲਾ ਗਾਣਾ ਸਿੱਧੂ ਦਾ ਆ ਰਿਹਾ ਜੀ? ਅਗਲਾ ਬਸ ਆਪਾਂ ਇਹ ਕੋਲੈਬੋਰੇਸ਼ਨ ਸੀਗੀ ਕੁਛ ਕਈ ਦੂਜੇ ਕਲਾਕਾਰਾਂ ਨਾਲ ਵੀ ਸਾਡਾ ਜਿਹੜਾ ਗਾਣੇ ਹੋਏ ਹੋਏ ਨੇ ਪਹਿਲਾਂ ਉਹਨਾਂ ਨੂੰ ਰੁਸਰਨਾ ਪੈਂਦਾ ਉਸ ਤੋਂ ਬਾਅਦ ਆਪਾਂ ਵੀ ਕੁਛ ਸਮੇਂ ਦੀ ਤੈਅ ਸਮੇਂ ਦੀ 2-4 ਮਹੀਨਿਆਂ ਦਾ ਗੈਪ ਦੇ ਕੇ ਗਾਣਾ ਛੱਡੀ ਚੱਲਾਂ ਜੀ। ਸਟੈਫਲਨ ਸ਼ੂਟ ਕਰਕੇ ਗਈ ਸੀ ਉਹ ਗਾਣਾ ਕਦੋਂ ਆ ਰਿਹਾ ਸਟੈਫਲਨ ਵਾਲਾ ਜੀ? ਦਿਲੀਪਾਂ ਇਹ ਰਾਜੀ ਜਿਹੜਾ ਸਟੈਪ ਦਾ ਉਹਦਾ ਪ੍ਰੋਜੈਕਟ ਹੈ ਨਾ ਕਿਉਂਕਿ ਮੈਨੂੰ ਉਹਦੇ ਨਾਲ ਮੇਰੇ ਉਸ ਤੋਂ ਜਦੋਂ ਸ਼ੂਟਿੰਗ ਕਰਕੇ ਗਈ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਕਿਉਂਕਿ ਉਹ ਆਪਣੇ ਗਾਣੇ ਬਾਰੇ ਹੀ ਦੱਸਣ 'ਤੇ ਹੀ ਪਤਾ ਲੱਗੂਗਾ ਵੀ ਉਹ ਕਦੋਂ ਰਿਲੀਜ਼ ਕਰ ਰਹੇ ਨੇ। ਆਹ ਤੁਹਾਨੂੰ ਮੈਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਨਾਲ ਫੋਨ 'ਤੇ ਗੱਲ ਕਰਕੇ ਜ਼ਰੂਰ ਇਹਦੇ ਬਾਰੇ ਚਾਨਣਾ ਪਾ ਦੂੰਗਾ। ਫਿਲਹਾਲ ਮੇਰੇ ਕੋਲ ਕੋਈ ਪੁਖਤਾ ਜਾਣਕਾਰੀ ਉਹਦੇ ਬਾਰੇ ਨਹੀਂ ਹੈ। ਅੰਦਰਾ ਪਹਿਲਾਂ ਸਿੱਧੂ ਨੇ ਬੰਬੇ ਵਾਲੇ ਮੂਸੇ ਪਿੰਡ ਆਉਣ ਲਾਏ ਹੁਣ ਮੂਸੇ ਪਿੰਡ ਦੀਆਂ ਸੜਕਾਂ 'ਤੇ ਨਾਟ ਗਿਆਰਾ ਦੌੜਾਇਆ। ਦੇਖੋ ਇਹ ਉਹਦਾ ਸੁਭਾਸ ਉਹਦੇ ਇਹ ਉਹਦੀ ਕਾਬਲੀਅਤ ਸੀ ਸ਼ਾਇਦ ਇਹੀ ਇਹਨਾਂ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਕਦੇ ਉਹਦੇ ਮਤਲਬ ਗਾਣਿਆਂ ਦੇ ਵਿੱਚੋਂ ਦੇਖੋ ਉਹਦੇ ਗਾਣਿਆਂ ਦੇ ਵਿੱਚ ਅਸ਼ਲੀਲਤਾ ਜੀਰੋ ਹੈ ਨਾ ਦੇ ਬਰਾਬਰ ਹੁੰਦੀ ਹੈ ਪਰ ਫਿਰ ਵੀ ਇਹਨੂੰ ਗਾਣੇ ਚੰਗੇ ਕਿਉਂ ਨਹੀਂ ਲੱਗਦੇ ਜਦੋਂ ਪਬਲਿਕ ਸੁਣਦੀ ਹੈ ਜਿਹੜੇ ਮਿਲੀਅਨ ਲੋਕ ਹੈ ਤੁਸੀਂ ਦੇਖੋ ਤਾਂ ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ ਹੀ 1-2 ਲੱਖ ਬੰਦਾ ਤਾਂ ਲਾਈਨ ਔਨਲਾਈਨ ਵੇਟਿੰਗ ਦੇ ਵਿੱਚ ਸੀਗਾ ਤਾਂ ਯਾਰ ਇਹ ਉਹਦੇ ਉਹਦੀ ਮਿਹਨਤ ਹੈ ਨਾ ਉਹਨੂੰ ਲੋਕ ਪਸੰਦ ਕਰਦੇ ਆ ਤਾਂ ਫਿਰ ਮੇਰੇ ਵਰਗੇ ਬੁੱਧੀਜੀਵ ਜਿਹੜੇ ਐਵੇਂ ਹੀ ਆਪਦਾ ਗਿਆਨ ਘੋਟਦੇ ਸਾਨੂੰ ਮਿਹਨਤ ਨਹੀਂ ਸਮਝ ਆਉਂਦੀ ਵੀ ਇਸ ਗੱਲ ਦੇ ਵਿੱਚ ਕੁਛ ਕੋਈ ਪਾਏਦਾਰ ਗੱਲ ਨਿਕਲਦੀ ਵੀ ਹੈ ਕਿ ਨਹੀਂ ਨਿਕਲਦੀ।